ਚੱਲ ਬਈ ਆ ਜਾ ਮੜ ਜਾ ਰੱਖੀ ਪੈਰ ਵਿੱਚ ਅਸ਼ੀਰ ਖਾਈ ਚੱਕ ਲਾ ਫਿਰ ਮਾੜੇ ਮਾੜੇ ਹਲਕੇ ਹਲਕੇ ਸਾਰੇ ਢੋ ਗਿਆ ਬਹੁਤ ਪਿਆਰਾ ਮੇਰ ਸਰਕਾਰ ਦੀ ਗੱਲ ਹੈ, ਇਹਨਾਂ ਵਲੀਆਂ ਦੀ ਗੱਲ ਹੈ, ਇਹਨਾਂ ਸਖੀਆਂ ਦੀ ਗੱਲ ਹੈ, ਇਹਨਾਂ ਫਕੀਰਾਂ ਦੀ ਗੱਲ ਹੈ। ਬਾਬਾ ਜੀ ਤਕਦੀਰ ਅਤੇ ਫਕੀਰ, ਤਕਦੀਰ ਅਤੇ ਫਕੀਰ ਹਮੇਸ਼ਾ ਦੋਨਾਂ 'ਤੇ ਯਕੀਨ ਕਰਨਾ ਚਾਹੀਦਾ, ਕਿਉਂਕਿ ਤਕਦੀਰ ਅਤੇ ਫਕੀਰ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਨਿਵਾਸ ਦੇਵੇ। ਇਨਸਾਨ ਦੀ ਤਕਦੀਰ ਬਾਦਸ਼ਾਹ ਬਣਾ ਦਿੰਦੀ ਹੈ, ਫਕੀਰ ਦਾ ਕਰਮ ਹੁੰਦਾ ਜਦੋਂ ਫਕੀਰ ਤਕਦੀਰ ਨੂੰ ਭਾਗ ਲਾਉਂਦਾ। ਫਕੀਰੀ ਐਡੀ ਵੱਡੀ ਹੁੰਦੀ ਗੌਂਸ ਪਾਕ ਸਰਕਾਰ ਦਾ ਨਾਮ ਲੈ ਕੇ ਆਸ਼ਿਕ ਵਿਗੜੇ ਲੇਖ ਬਣਾਈ ਜਾਂਦੇ ਬਣਾਈ ਜਾਂਦੇ। ਮੇਰਾ ਪੀਰ ਨਹੀਂ ਵੇਖਦਾ ਮਾੜਿਆਂ ਨੂੰ, ਜਿਹੜਾ ਆਈ ਜਾਂਦਾ ਗਲ ਲਾਈ ਜਾਂਦਾ ਮੇਰਾ ਪੀਰ ਨਹੀਂ ਵੇਖਦਾ ਮਾੜਿਆਂ ਨੂੰ, ਜਿਹੜਾ ਆਈ ਜਾਂਦਾ ਉਹ ਗਲ ਲਾਈ ਜਾਂਦਾ। ਲੱਜਪਾਲ ਪ੍ਰੀਤ ਨੂੰ ਤੋੜਦੇ ਨਹੀਂ, ਜਿਹਦੀ ਬਾਂਹ ਫੜਦੇ ਉਹਦੀ ਛੋੜਦੇ ਨਹੀਂ ਛੋੜਦੇ ਨਹੀਂ। ਦਾਤਾ ਦਰਿਆਂ ਨੂੰ ਖਾਲੀ ਮੋੜਦੇ ਨਹੀਂ, ਸਖੀ ਖੈਰ ਖਜ਼ਾਨਿਓਂ ਪਾ ਦਿੰਦੇ ਪਾ ਦਿੰਦੇ। ਜਿਹਦੇ ਦਿਲ ਵਿੱਚ ਤਸਵੀਰ ਦਾਤਾ ਦੀ, ਦਾਤਾ ਰਹਿਮਤਾਂ ਦੇ ਮੀਂਹ ਵਰਸਾ ਦਿੰਦੇ ਦਿੰਦੇ। ਸੱਚੇ ਦਿਲ ਨਾਲ ਮੰਨ ਕੇ ਵੇਖ ਦਾਤਾ ਨੂੰ, ਦਾਤਾ ਸੁੱਤੜੇ ਲੇਖ ਜਗਾ ਦਿੰਦੇ ਦਾਤਾ ਸੁੱਤੜੇ ਲੇਖ ਜਗਾ ਦਿੰਦੇ ਜਗਾ ਦਿੰਦੇ। ਆਏ ਸਹੀ ਗੱਲ, ਗੌਂਸ ਨੂੰ ਮੰਨਣ ਵਾਲਿਆਂ ਦੀ ਆਏ, ਗੌਂਸ ਨੂੰ ਮੰਨਣ ਵਾਲਿਆਂ ਦੀ ਆਏ, ਗੌਂਸ ਨੂੰ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ, ਗੌਂਸ ਨੂੰ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ। ਆਏ ਵੇ ਉਹਨੂੰ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ, ਗੌਂਸ ਨੂੰ ਮੰਨਣ ਵਾਲਿਆਂ ਦੀ
ਅਸੀਂ ਖੜਾ ਹੋ ਗਏ ਕਦੇ ਨਾ ਖੜੀ ਨੌਸ ਨੂੰ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਨਹੀਂ ਅੜੀ ਚਲੋ ਗੌਸ ਪਾਕ ਦੇ ਦਰ ਉੱਤੇ 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 ਅੱਜ ਦਿਨ ਹੈ ਗਿਆਰਵੀਂ ਰਾਤ ਵਾਲਾ ਹੈ ਗਿਆਰਵੀਂ ਰਾਤ ਵਾਲਾ ਅੱਜ ਦਿਨ ਹੈ ਗਿਆਰਵੀਂ ਚਲੋ ਗੌਸ ਪਾਕ ਦੇ ਦਰ ਉੱਤੇ ਅੱਜ ਦਿਨ ਹੈ ਗਿਆਰਵੀਂ ਅੱਜ ਦਿਨ ਹੈ ਗਿਆਰਵੀਂ ਵਾਲੇ ਦਾ ਅੱਜ ਦਿਨ ਹੈ ਗਿਆਰਵੀਂ ਵਾਲੇ ਦਾ ਮੇਰੇ ਪੀਰ ਦੀ ਗਿਆਰਵੀਂ ਦੇਣ ਵਾਲਾ ਮੇਰੇ ਪੀਰ ਦੀ ਗਿਆਰਵੀਂ ਦੇਣ ਵਾਲਾ ਇੱਕ ਬੁੱਢੜੀ ਇੱਕ ਮਾਈ ਇੱਕ ਬੀਬੀ ਦਾ ਬੱਚਾ ਗੁਜ਼ਰ ਜਾਂਦਾ ਇੱਕ ਮਾਈ ਦਾ ਜਦੋਂ ਬੱਚਾ ਗੁਜ਼ਰਿਆ ਉਹ ਮਾਈ ਆਪਣੇ ਬੱਚੇ ਨੂੰ ਗੋਦੀ ਦੇ ਵਿੱਚ ਲਿਆ ਹੋਇਆ ਚੁੱਕੀ ਫਿਰਦੀ ਹੈ ਜਿੰਨੇ ਵੀ ਲੋਕ ਮਿਲਦੇ ਨੇ ਉਹ ਕਹਿਣ ਲੱਗੇ ਮਾਤਾ ਇਹ ਬੱਚਾ ਤੇ ਮਰ ਗਿਆ ਇਹਨੂੰ ਦੱਬ ਦਿਓ ਫੂਕ ਦਿਓ ਇਹ ਮਿੱਟੀ ਹੈ ਉਹ ਮਾਈ ਕਹਿੰਦੀ ਐ ਦੁਨੀਆਂ ਦੇ ਲੋਕੋ ਇਹ ਤੁਹਾਡੇ ਭਾ ਦਾ ਮਿੱਟੀ ਹੈ ਮੇਰਾ ਲਾਲ ਹੈ ਮੇਰਾ ਪੁੱਤਰ ਹੈ ਜਦੋਂ ਮੇਰਾ ਜੀ ਕਰਦਾ ਮੈਂ ਪੱਲਾ ਚੱਕਦੀ ਹਾਂ ਆਪਣੇ ਪੁੱਤਰ ਨੂੰ ਵੇਖ ਲੈਂਦੀ ਹਾਂ ਉਸ ਮਾਈ ਦਾ ਸਿਦਕ ਦੇਖ ਕੇ ਦਰਵਾਜ਼ੇ ਦੇ ਉੱਤੇ ਇੱਕ ਫਕੀਰ ਆ ਗਿਆ ਜਦੋਂ ਫਕੀਰ ਆਇਆ ਫਕੀਰ ਨੇ ਅਲਖ ਜਗਾਈ ਹੈ ਉਹ ਮਾਈ ਮਰਿਆ ਹੋਇਆ ਬੱਚਾ ਗੋਦੀ ਦੇ ਵਿੱਚ ਪਾਇਆ ਹੋਇਆ ਅਤੇ ਬਾਹਰ ਆ ਗਈ ਹੈ ਫਕੀਰ ਕਹਿਣ ਲੱਗੇ ਬੀਬੀ ਇਹ ਗੋਦੀ 'ਚ ਇਹ ਕੀ ਹੈ ਉਹ ਕਹਿਣ ਲੱਗੀ ਬਾਬਾ ਇਹਦਾ ਮੂੰਹ ਟੱਕਿਆ ਹੋਇਆ ਮੈਂ ਇਹਦਾ ਸਰੀਰ ਵੀ ਟੱਕਿਆ ਹੋਇਆ ਇਹ ਮੇਰਾ ਪੁੱਤਰ ਹੈ ਸਾਰੇ ਕਹਿੰਦੇ ਨੇ ਮਰ ਗਿਆ ਪਰ ਮੇਰੇ ਲਈ ਨਹੀਂ ਮਰਿਆ ਮੇਰਾ ਲਾਲ ਹੈ ਮੇਰਾ ਪੁੱਤਰ ਹੈ ਜਦੋਂ ਮੇਰਾ ਜੀ ਕਰਦਾ ਮੈਂ ਪੱਲਾ ਚੱਕਦੀ ਹਾਂ ਇਹਨੂੰ ਵੇਖ ਲੈਂਦੀ ਹਾਂ ਉਹ ਫਕੀਰ ਕਹਿਣ ਲੱਗੇ ਬੀਬੀ ਇਹਨੂੰ ਦੱਬਦੇ ਫੂਕਦੇ ਇਹ ਤਾਂ ਮਿੱਟੀ ਹੈ ਕਹਿੰਦੀ ਨਹੀਂ ਬਾਬਾ ਇਹ ਦੁਨੀਆਂ ਦੇ ਭਾਅ ਦਾ ਮਿੱਟੀ ਹੈ ਇਹ ਤੇਰੇ ਭਾਅ ਦਾ ਵੀ ਮਿੱਟੀ ਹੋ ਸਕਦਾ ਹੈ ਪਰ ਮੇਰਾ ਇਹ ਪੁੱਤਰ ਹੈ ਮੇਰੀ ਇਹ ਜਿੰਦ ਦਾ ਟੁਕੜਾ ਹੈ ਮੇਰਾ ਲਾਲ ਹੈ ਹੁਣ ਮਾਈ ਦਾ ਸਿਦਕ ਵੇਖਿਆ ਫਕੀਰ ਕਹਿਣ ਲੱਗੇ ਕਹਿੰਦੇ ਅੱਛਾ ਮਾਈ ਜੇ ਤੇਰਾ ਐਡਾ ਯਕੀਨ ਹੈ ਤੇਰਾ ਐਡਾ ਵਿਸ਼ਵਾਸ ਹੈ ਫਿਰ ਜਾ
ਇੱਕ ਰਸਤਾ ਦੱਸਦਾ ਹੈ, ਆਪਣਾ ਮਰਿਆ ਬੱਚਾ ਉਸ ਦਰਬਾਰ 'ਤੇ ਲੈ ਜਾ, ਉਸ ਦਰਵਾਜ਼ੇ 'ਤੇ ਚਲੀ ਜਾ, ਉੱਥੇ ਮੁਰਦੇ ਜਿਉਂਦੇ ਹੁੰਦੇ ਨੇ। ਕਹਿਣ ਲੱਗੀ, ਬਾਬਾ ਐਦਾਂ ਦਾ ਵੀ ਕੋਈ ਦਰ ਹੈ ਜਿੱਥੇ ਮੇਰੀ ਫਰਿਆਦ ਕਬੂਲ ਹੋ ਜਾਵੇ? ਕਹਿੰਦੇ, ਹਾਂ ਮਾਈ ਜਾ ਅੱਬੂ ਘਰਾਣੇ ਵਿੱਚ, ਅੱਬੂ ਤਾਲਾ ਫਕੀਰ, ਅੱਬੂ ਤਾਲਾ ਫਕੀਰ ਦੇ ਬੇਟੇ, ਪੀਰਾਂ ਦੇ ਪੀਰ, ਦਸਤਗੀਰ, ਡੁੱਬੀਆਂ ਤਾਰਨ ਵਾਲੇ, ਮੀਰਾ ਗੌਸ ਪਾਕ, ਗਿਆਰਵੀਂ ਵਾਲੀ ਸਰਕਾਰ ਰਹਿੰਦੇ ਨੇ। ਉਹ ਜਦੋਂ ਬੰਦਗੀ ਕਰਨ ਲੱਗਦੇ ਨੇ, ਬੱਚੇ ਰੌਲਾ ਪਾਉਂਦੇ ਨੇ, ਉਹ ਬੱਚਿਆਂ ਨੂੰ ਕਹਿੰਦੇ ਨੇ, ਬੱਚਿਓ ਮਰ ਜਾਓ, ਬੱਚੇ ਮਰ ਜਾਂਦੇ ਨੇ। ਜਦੋਂ ਬੰਦਗੀ ਤੋਂ ਫਾਰਗ ਹੁੰਦੇ ਨੇ, ਉਹ ਬੱਚਿਆਂ ਨੂੰ ਕਹਿੰਦੇ ਨੇ, ਬੱਚਿਓ ਉੱਠ ਜਾਓ, ਬੱਚੇ ਖੜ੍ਹੇ ਹੋ ਜਾਂਦੇ ਨੇ। ਜਾ ਮਾਈ ਆਪਣਾ ਬੱਚਾ ਉੱਥੇ ਲੈ ਕੇ ਚਲੀ ਜਾ, ਜਦੋਂ ਮਰੇ ਹੋਣਗੇ ਆਪਣਾ ਮਰਿਆ ਬੱਚਾ ਉਹਨਾਂ 'ਚ ਪਾ ਦੇ, ਜਦੋਂ ਬਾਕੀ ਜੇ ਜਿਉਂਦੇ ਹੋਣਗੇ ਬੱਚਾ ਤੇਰੇ ਵਾਲਾ ਵੀ ਜਿਉਂਦਾ ਹੋ ਜਾਊਗਾ। ਹੁਣ ਮਾਈ ਖੁਸ਼ੀਆਂ ਦੇ ਨਾਲ, ਮਾਈ ਨੂੰ ਯਕੀਨ ਆ ਗਿਆ, ਫਕੀਰ ਦੀ ਜ਼ੁਬਾਨ 'ਤੇ ਯਕੀਨ ਆ ਕਰ ਲਿਆ, ਯਕੀਨ ਆ ਗਿਆ। ਹੁਣ ਮਾਤਾ ਆਪਣੇ ਬੱਚੇ ਨੂੰ ਲੈ ਕੇ ਸ਼ਹਿਰ ਬਗਦਾਦ ਪਹੁੰਚ ਜਾਂਦੀ ਹੈ, ਪੁੱਛਦੀ ਫਿਰਦੀ ਹੈ ਕਿ ਇੱਥੇ ਮੀਰਾਂ ਦਾ ਦਰਬਾਰ ਕਿੱਥੇ ਹੈ। ਉਹ ਦਰਬਾਰ ਲੱਭ ਲੈਂਦੀ ਹੈ, ਇੱਕ ਝਾੜ ਦੇ ਓਲੇ ਲੁੱਕ ਕੇ ਬਹਿ ਜਾਂਦੀ ਹੈ। ਕਹਿੰਦੀ, ਵੇਖਾਂ ਇਹ ਗੱਲ ਸੱਚੀ ਵੀ ਹੈ ਕਿ ਕਿਸੇ ਨੇ ਐਵੇਂ ਹੀ ਮੈਨੂੰ ਭਕਾ ਛੱਡਿਆ। ਰਾਤ ਗੁਜ਼ਰਦੀ ਹੈ, ਦਿਨ ਚੜ੍ਹਦਾ, ਗਿਆਰਵੀਂ ਵਾਲੀ ਸਰਕਾਰ ਬਾਗ ਦੇ ਵਿੱਚ ਆਉਂਦੇ ਨੇ, ਪਿੱਛੇ ਪਿੱਛੇ ਬੱਚਿਆਂ ਦੀ ਜਮਾਤ ਆ ਰਹੀ ਹੈ, ਪਿੱਛੇ ਪਿੱਛੇ ਬੱਚਿਆਂ ਦੀ ਜਮਾਤ ਆ ਗਈ। ਹਜ਼ੂਰ ਨੇ ਨੀਅਤ ਕੀਤੀ, ਨੀਅਤ ਕੀਤੀ ਨਮਾਜ਼ ਅਦਾ ਕਰਨ ਲੱਗੇ, ਰੱਬ ਦੀ ਬੰਦਗੀ ਕਰਨ ਲੱਗੇ। ਜਦੋਂ ਰੱਬ ਦੀ ਬੰਦਗੀ ਕਰਨ ਲੱਗੇ, ਕੁਛ ਦੇਰ ਬਾਅਦ ਬੱਚਿਆਂ ਨੇ ਰੌਲਾ ਪਾਉਣਾ, ਮਿੱਟੀ ਉਡਾਉਣੀ ਸ਼ੁਰੂ ਕਰ ਦਿੱਤੀ। ਹਜ਼ੂਰ ਦੀ ਬੰਦਗੀ ਦੇ ਵਿੱਚ ਜਦੋਂ ਰੁਕਾਵਟ ਆਈ ਹੈ, ਬੱਚਿਆਂ ਨੇ ਜਦੋਂ ਖਲਤ ਕੀਤੀ ਹੈ, ਹਜ਼ੂਰ ਕਹਿਣ ਲੱਗੇ, ਕਹਿੰਦੇ, ਜਾਓ ਏ ਜਿੰਨੇ ਖੇਡਦੇ ਨੇ ਸਾਰੇ ਮਰ ਜਾਓ। ਬੱਚੇ ਜ਼ਮੀਨ 'ਤੇ ਡਿੱਗ ਗਏ, ਫਿਰ ਬੰਦਗੀ 'ਚ ਬਹਿ ਗਏ। ਜਦੋਂ ਬੰਦਗੀ ਤੋਂ ਫਾਰਗ ਹੁੰਦੇ ਨੇ, ਬੱਚਿਆਂ ਨੂੰ ਕਹਿੰਦੇ ਨੇ, ਜਿੰਨੇ ਮਰੇ ਹੋਏ ਨੇ ਖੜ੍ਹੇ ਹੋ ਜਾਓ। ਬੱਚੇ ਖੜ੍ਹੇ ਹੋ ਜਾਂਦੇ ਨੇ। ਉਹ ਮਾਈ ਨੂੰ ਯਕੀਨ ਆ ਗਿਆ, ਉਹ ਮਾਤਾ ਨੂੰ ਯਕੀਨ ਆ ਗਿਆ ਕਿ ਵਾਕਈ ਇੱਥੇ ਮੇਰਾ ਬੱਚਾ ਜਿਉਂਦਾ ਹੋਊਗਾ। ਸਾਰੀ ਰਾਤ ਗੁਜ਼ਰ ਗਈ ਬਾਬਾ ਜੀ। ਹੁਣ ਦਿਨ ਅਗਲਾ ਚੜ੍ਹਦਾ, ਹੁਣ ਦਿਨ ਜਦੋਂ ਅਗਲਾ ਚੜ੍ਹਿਆ, ਮਾਤਾ ਆਪਣੇ ਬੱਚੇ ਨੂੰ ਲੈ ਕੇ ਲੁੱਕ ਕੇ ਬੈਠ ਗਈ। ਗਿਆਰਵੀਂ ਵਾਲੀ ਸਰਕਾਰ ਬਾਗ ਦੇ ਵਿੱਚ ਆਉਂਦੇ ਨੇ, ਨੀਅਤ ਕੀਤੀ ਬੰਦਗੀ ਕਰਨ ਲੱਗੇ, ਖੁਦਾ ਦੀ ਇਬਾਦਤ ਕਰਨ ਲੱਗੇ। ਬੱਚਿਆਂ ਦੀ ਜਮਾਤ ਆ ਗਈ ਹੈ, ਬੱਚਿਆਂ ਦੀ ਜਮਾਤ ਰੌਲਾ ਪਾਉਂਦੀ ਹੈ। ਜਦੋਂ ਰੌਲਾ ਪੈਂਦਾ,
ਹਜ਼ੂਰ ਦੀ ਬੰਦਗੀ ਦੇ ਵਿੱਚ ਖਲਤ ਪੈ ਗਈ। ਗੁੱਸੇ ਨਾਲ ਕਹਿੰਦੇ ਨੇ ਜਾਓ ਏ ਜਿੰਨੇ ਖੇਡਦੇ ਨੇ ਸਾਰੇ ਹੀ ਮਰ ਜਾਓ। ਬੱਚੇ ਫੇਰ ਜ਼ਮੀਨ 'ਤੇ ਡਿੱਗ ਪਏ। ਹੁਣ ਉਹ ਮਾਤਾ ਮਲਕ ਮਲਕ ਉੱਠਦੀ ਹੈ, ਪੱਬ ਸਹਿੰਦੀ ਸਹਿੰਦੀ, ਬਿੜਕਾਂ ਸਹਿੰਦੀ ਸਹਿੰਦੀ, ਆਪਣਾ ਮਰਿਆ ਬੱਚਾ ਉਹਨਾਂ ਬੱਚਿਆਂ 'ਚ ਪਾ ਕੇ ਆਪ ਫੇਰ ਆ ਕੇ ਲੋਕੇ ਬਹਿ ਗਈ। ਜਦੋਂ ਗੌਸ ਪਾਕ ਸਰਕਾਰ ਦੀ ਹਜ਼ੂਰ ਬੰਦਗੀ ਤੋਂ ਫਾਰਗ ਹੁੰਦੇ ਨੇ, ਨਜ਼ਰ ਪੈਂਦੀ ਹੈ ਬੱਚੇ ਮਰੇ ਹੋਏ ਨੇ, ਸਰਕਾਰ ਨੇ ਨਾਰਾ ਮਾਰਿਆ, ਕਹਿੰਦੇ ਜਿੰਨੇ ਮਰੇ ਹੋਏ ਨੇ ਖੜ੍ਹੇ ਹੋ ਜਾਓ। ਹੁਣ ਬੱਚੇ ਸਾਰੇ ਖੜ੍ਹੇ ਹੋ ਗਏ ਪਰ ਮਾਈ ਵਾਲਾ ਬੱਚਾ ਨਹੀਂ ਉੱਠਿਆ। ਸਾਰੇ ਖੜ੍ਹੇ ਹੋ ਗਏ ਪਰ ਮਾਤਾ ਵਾਲਾ ਬੱਚਾ ਨਹੀਂ ਉੱਠਿਆ, ਮਾਈ ਵਾਲਾ ਬੱਚਾ ਨਹੀਂ ਉੱਠਿਆ। ਹੁਣ ਸਰਕਾਰ ਵੇਖਦੇ ਨੇ ਕਿ ਹੈ ਬਈ ਅੱਜ ਇੱਕ ਬੱਚਾ ਮਰ ਗਿਆ, ਕੱਲ੍ਹ ਨੂੰ ਦੋ ਮਰ ਜਾਣਗੇ, ਪਰਸੋਂ ਨੂੰ ਤਿੰਨ ਮਰ ਜਾਣਗੇ। ਲੋਕ ਕਹਿਣਗੇ ਕਿ ਇਹ ਮਾਰਨ ਜਾਣਦੇ ਨੇ, ਇਹਨਾਂ ਨੂੰ ਜਿਉਂਦੇ ਨਹੀਂ ਕਰਨੇ ਆਉਂਦੇ। ਰੱਬ ਨਾਲ ਗੱਲ ਕਰਦੇ ਨੇ, ਐ ਅੱਲਾ ਪਾਕ ਆ ਮੈਂ ਕੀ ਵੇਖਦਾ, ਐ ਅੱਲਾ ਆ ਕੀ ਵੇਖਦਾ, ਅੱਜ ਮੇਰਾ ਇੱਕ ਬੱਚਾ ਮਰ ਗਿਆ, ਕੱਲ੍ਹ ਨੂੰ ਦੋ ਮਰ ਜਾਣਗੇ, ਪਰਸੋਂ ਨੂੰ ਤਿੰਨ ਮਰ ਜਾਣਗੇ। ਲੋਕ ਕਹਿਣਗੇ ਕਿ ਇਹ ਫਕੀਰ ਮਾਰਨ ਜਾਣਦਾ ਪਰ ਇਹਨੂੰ ਜਿਉਂਦੇ ਨਹੀਂ ਕਰਨੇ ਆਉਂਦੇ। ਜਦੋਂ ਇਹ ਗੱਲ ਕੀਤੀ ਰੱਬ ਦੀ ਆਵਾਜ਼ ਆ ਗਈ, ਰੱਬ ਦੀ ਆਵਾਜ਼ ਆਈ ਕਿ ਐ ਮੇਰੇ ਗੌਂਸ, ਐ ਮੇਰੇ ਵਲੀ, ਐ ਲਾਡਲੇ, ਜਿਹੜੇ ਤੇਰੇ ਮਾਰੇ ਹੋਏ ਸੀ ਉੱਠ ਗਏ, ਜਿਹੜੇ ਤੇਰੇ ਮਾਰੇ ਸੀ ਉਹ ਉੱਠ ਗਏ। ਰੱਬ ਕਹਿੰਦਾ ਇਹ ਮੇਰਾ ਮਾਰਿਆ ਹੋਇਆ। ਹੁਣ ਬਾਬਾ ਜੀ, ਹੁਣ ਜਿਹਨਾਂ ਦੀ ਸ਼ਰਧਾ ਸੱਚੀ ਤੇ ਪੱਕੀ ਹੁੰਦੀ ਹੈ ਨਾ, ਭਗਤੀਆਂ ਸੱਚੀ ਤੇ ਪੱਕੀਆਂ ਹੁੰਦੀਆਂ ਨੇ, ਫਿਰ ਰੱਬ ਆਪਣੇ ਭਗਤਾਂ ਦੀ ਮੋੜਦਾ ਨਹੀਂ ਹੈਗਾ। ਕਿਉਂਕਿ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ। ਜੇ ਕੋਈ ਰੱਬ ਨੂੰ ਪਾ ਸਕਦਾ, ਜੇ ਕੋਈ ਰੱਬ ਨੂੰ ਵੀ ਜਿੱਤ ਸਕਦਾ ਤੇ ਉਹ ਭਗਤ ਨੇ, ਉਹਦੇ ਫਕੀਰ ਨੇ, ਉਹਨਾਂ ਦੇ ਘਰ ਦੇ ਸੇਵਕ ਨੇ ਸੱਚੇ, ਜਿਨ੍ਹਾਂ ਨੇ ਪ੍ਰੇਮ ਦੀਆਂ ਡੋਰਾਂ ਦੇ ਨਾਲ ਉਹਨੂੰ ਬੰਨਿਆ ਹੋਇਆ। ਗੌਸ ਪਾਕ ਸਰਕਾਰ ਰੱਬ ਨੂੰ ਕਹਿਣ ਲੱਗੇ, ਐ ਅੱਲਾ ਜੇ ਤੇਰਾ ਮਾਰਿਆ ਹੋਇਆ, ਜੇ ਇਹ ਬੱਚਾ ਤੇਰਾ ਮਾਰਿਆ ਹੋਇਆ ਫਿਰ ਮੇਰੇ ਵਾਲਿਆਂ 'ਚ ਕਿਵੇਂ ਆ ਗਿਆ, ਜੇ ਤੇਰਾ ਮਾਰਿਆ ਹੋਇਆ ਫਿਰ ਮੇਰੇ ਵਾਲਿਆਂ 'ਚ ਕਿਵੇਂ ਆ ਗਿਆ, ਹੁਣ ਇਹ ਤੇਰਾ ਨਹੀਂ ਹੁਣ ਇਹ ਮੇਰਾ ਹੋ ਗਿਆ। ਹੁਣ ਇਹ ਤੇਰਾ ਨਹੀਂ ਇਹ ਮੇਰਾ ਹੋ ਗਿਆ। ਗੌਸ ਪਾਕ ਸਰਕਾਰ ਕਹਿੰਦੇ ਅੱਲਾ ਜੇ ਬੱਚਾ ਜ਼ਿੰਦਾ ਹੋਵੇ, ਜੇ ਬੱਚਾ ਜ਼ਿੰਦਾ ਹੋਵੇ, ਅੱਜ ਤਾਂ ਗੱਲ ਫੱਬਦੀ ਹੈ
ਜੇ ਬੱਚਾ ਜ਼ਿੰਦਾ ਹੋਵੇ ਅੱਜ ਤਾਂ ਗੱਲ ਫੱਬਦੀ ਹੈ, ਨਹੀਂ ਤਾਂ ਫਿਰ ਅੱਜ ਤੇਰੇ ਦਰਬਾਰ ਨੂੰ ਐ ਖੁਦਾ ਲਾਜ ਲੱਗਦੀ ਹੈ। ਬਾਬਾ ਜੀ ਹੁਣ ਜਦੋਂ ਇਹ ਗੱਲ ਕਹੀ ਨਾ, ਫਿਰ ਰੱਬ ਆਪਣੇ ਪਿਆਰਿਆਂ ਦੀ, ਆਪਣੇ ਸੱਚੇ ਭਗਤਾਂ ਦੀ, ਆਪਣੇ ਸੱਚੇ ਫਕੀਰਾਂ ਦੀ, ਬੰਦਗੀ ਕਰਨ ਵਾਲੇ ਫਕੀਰਾਂ ਦੀ, ਉਹ ਰੱਬ ਕਦੇ ਗੱਲ ਨਹੀਂ ਮੋੜਦਾ, ਉਹ ਕਦੇ ਗੱਲ ਨਹੀਂ ਮੋੜਦਾ। ਅੱਲਾ ਪਾਕ ਨੇ ਆਵਾਜ਼ ਮਾਰੀ ਕਿ ਅੱਛਾ ਜੇ ਇਹ ਗੱਲ ਹੈ, ਕਹਿ ਆਪਣੇ ਬੱਚਿਆਂ ਨੂੰ ਕਿ ਬੱਚਿਓ ਮਰ ਜਾਓ। ਹਜ਼ੂਰ ਨੇ ਆਵਾਜ਼ ਮਾਰੀ ਜਾਓ ਇਹ ਜਿੰਨੇ ਬੱਚੇ ਖੇਡਦੇ ਨੇ ਮਰ ਜਾਓ। ਬੱਚੇ ਦੈੜ ਦੈੜ ਕਰਕੇ ਜ਼ਮੀਨ 'ਤੇ ਗਿਰ ਗਏ। ਕੁਛ ਦੇਰ ਰੁਕੇ, ਆਵਾਜ਼ ਆਈ ਕਿ ਕਹਿ ਆਪਣੇ ਬੱਚਿਆਂ ਨੂੰ ਕਿ ਬੱਚਿਓ ਖੜ੍ਹੇ ਹੋ ਜਾਓ। ਸਰਕਾਰ ਨੇ ਨਾਰਾ ਮਾਰਿਆ ਕਿ ਬੱਚਿਓ ਉੱਠ ਜਾਓ, ਖੜ੍ਹੇ ਹੋ ਜਾਓ। ਬਾਬਿਓ ਸਾਰੇ ਬੱਚੇ ਖੜ੍ਹੇ ਹੋ ਗਏ, ਉਹ ਮਾਈ ਵਾਲਾ ਵੀ ਉੱਠ ਕੇ ਖੜ੍ਹਾ ਹੋ ਗਿਆ। ਸੋ ਬਾਬਾ ਜੀ ਇਹ ਫਕੀਰ, ਇਹ ਮੁਰਸ਼ਦ ਕਾਮਲ ਰੰਗ ਡਾਲ ਕੇ ਤਸਵੀਰ ਕੋ ਬਦਲ ਦੇਤੇ ਹੈ, ਰੰਗ ਡਾਲ ਕੇ ਤਸਵੀਰ ਕੋ ਬਦਲ ਦੇਤੇ ਹੈ, ਹਰ ਕਮਾਨ ਸੇ ਨਿਕਲਾ ਹੁਆ ਤੀਰ ਬਦਲ ਦੇਤੇ ਹੈ, ਕਰਮ ਨਵਾਜ਼ੀ ਕਰਤੇ ਹੈ ਜਬ ਕਾਮਲ ਮੁਰਸ਼ਦ, ਇਨਸਾਨ ਕੀ ਤਕਦੀਰ ਬਦਲ ਦੇਤੇ ਹੈ। ਇਹਨਾਂ ਦੇ ਇਸ਼ਾਰਿਆਂ ਨਾਲ ਸਾਰਾ ਕੁਛ ਹੋ ਜਾਂਦਾ ਹੈ, ਇਸ਼ਾਰਿਆਂ ਦੇ ਨਾਲ ਸਾਰਾ ਕੁਛ ਹੋ ਜਾਂਦਾ।